ਆਪਣਾ ਹੈਗਾ ਜੀ ਦੋ ਕਨਾਲ ਦਾ ਮਾਸ਼ਾਅੱਲਾ। ਅੱਛਾ ਜੀ। ਤੇ ਉਹ ਤੁਸੀਂ ਕਰਨਾ ਹੈ ਜੀ? ਅੱਛਾ ਜੀ। ਹਾਂਜੀ, ਤੁਹਾਨੂੰ ਯਾਦ ਨਹੀਂ ਆ ਰਿਹਾ, ਤੁਸੀਂ ਸਾਡੇ ਗੁਆਂਢ ਨਾ ਜੀ ਟੈਲਾਂ ਲਾਈਆਂ ਸੀ। ਕਿਹੜੀ ਜਗ੍ਹਾ ਤੇ ਜੀ? ਇੱਥੇ ਗੁਲਫਸ਼ਾਂ ਕਲੋਨੀ ਝੰਗ ਰੋਡ ਤੇ। ਉੱਥੇ ਹੀ ਤਾਂ ਹੁਣ ਲੱਗੇ ਹੋਏ। ਅੱਛਾ, ਹਾਲੇ ਵੀ ਉੱਥੇ ਹੀ ਲੱਗੇ ਹੋਏ? ਸਕੂਲ ਦੇ ਲੱਗ ਗਿਆ, ਕੋਠੀ ਉੱਥੇ ਲੱਗੇ। ਅੱਛਾ 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 ਅੱਛਾ, ਸਹੀ। ਤੇ ਤੁਸੀਂ ਸਵੇਰੇ ਆ ਜਾਓ ਮੇਰੇ ਕੋਲ। ਕਿੱਥੇ ਕਰਕੇ ਹੈ ਕੋਈ ਥੋੜਾ ਜਿਹਾ? ਜ਼ਿਲ੍ਹੇ ਝੰਗ ਰੋਡ ਤੋਂ ਆਪਾਂ ਗੁਲਫਸ਼ਾ ਕਲੋਨੀ ਨੂੰ ਮੁੜੇ ਆ ਨਾ ਜੀ। ਮੁੜ ਗਏ ਜੀ। ਤੇ ਅੱਗੇ ਤੁਸੀਂ ਆਉਣਾ ਤੇ ਅੱਗੇ ਹੈਗੀ ਕਰਿਆਨੇ ਵਾਲੀ ਦੁਕਾਨ। ਜੀ ਭਾਈ ਜਵੇਦ ਜਿਹੜੇ ਭਾਰੇ ਜਿਹੜੇ, ਉੱਥੇ ਆ ਕੇ ਤੁਸੀਂ ਮੈਨੂੰ ਫੋਨ ਕਰ ਲੈਣਾ ਜੀ। ਠੀਕ ਹੋ ਗਿਆ ਜੀ। ਠੀਕ ਹੈ ਨਾ ਜੀ? ਠੀਕ ਹੈ। ਤੇ ਉੱਥੋਂ ਤੁਹਾਨੂੰ ਮੈਂ ਲੈ ਜਾਊਂਗਾ ਜੀ। ਤੇ ਬਹਿ ਕੇ ਆਪਾਂ ਗੱਲ ਕਰੀਏ ਤੇ ਮਕਾਨ ਕਰੀਏ ਸ਼ੁਰੂ ਜੀ। ਅਸਲ ਚ ਮਕਾਨ ਪਹਿਲੇ ਵੀ ਸ਼ੁਰੂ ਹੀ ਸਮਝ ਲਓ। ਪਹਿਲੇ ਬਣ ਰਹੇ ਆ? ਨਹੀਂ, ਉਹ ਇਹ ਆ ਕੇ ਜੀ ਉਹ ਬੁਨਿਆਦਾਂ ਭਰੀਆਂ ਹੀ ਆ। ਅੱਛਾ ਜੀ। ਤੇ ਉਹ ਬਸ ਤੁਹਾਨੂੰ ਪਤਾ ਨਾ, ਘਰਾਂ ਚ ਮਸਲੇ ਤਾਂ ਹੁੰਦੇ ਆ ਨਾ ਫਿਰ ਜੀ। ਸੋ ਗੱਲਬਾਤ ਹੋ ਜਾਂਦੇ। ਲੇਕਿਨ ਤੁਸੀਂ ਕੰਮ ਬਹੁਤ ਅੱਛਾ ਕਰਦੇ, ਮੈਂ ਤੁਹਾਡਾ ਹਿਸਾਬ ਲਾਇਆ ਜੀ। ਰੱਬ ਸੋਹਣੇ ਦੀ ਕਰਨ ਵਾਲੇ। ਸਵੇਰੇ ਆ ਕੇ ਤੁਸੀਂ ਕਰਨਾ ਜੀ ਮੇਰੇ ਨਾਲ ਠੇਕਾ। ਠੀਕ ਆ ਜੀ। ਤੇ ਮੈਂ ਜਾਣਾ ਦੁਬਈ। ਅੱਛਾ ਜੀ। 2 ਮਹੀਨਿਆਂ ਵਾਸਤੇ। ਠੀਕ ਆ ਜੀ। ਤੇ ਉਹ ਜਿਹੜਾ ਕੋਈ 20-25-30 ਲੱਖ ਰੁਪਏ ਤੁਸੀਂ ਲੈਣਾ ਹੋਊਗਾ ਨਾ ਜੀ, ਜੀ ਉਹ ਸਵੇਰੇ ਹੀ ਮੇਰੇ ਕੋਲ ਲੈ ਲਈਓ ਤੁਸੀਂ। ਭਾਜੀ ਪਹਿਲੇ ਜਗ੍ਹਾ ਤੇ ਦਿਖਾ ਦਿਓ। ਉਹ ਜਗ੍ਹਾ ਤੁਸੀਂ, ਤੁਹਾਡਾ ਰੋਜ਼ ਦਾ ਕੰਮ ਆ ਜੀ, ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਦਾ। ਮੇਰੇ ਕੋਲ ਤੁਸੀਂ 30 ਕੁ ਲੱਖ ਰੁਪਏ ਫੜ ਲਓ। ਠੀਕ ਆ ਜੀ। ਤੇ ਇਹ ਆ ਕਿ ਮੈਂ ਆਉਣਾ 15 ਕੁ ਦਿਨਾਂ ਨੂੰ। ਅੱਛਾ ਜੀ। ਤੇ ਉਹ ਆ ਕਿ ਕੋਈ ਤੁਹਾਡੇ ਕੋਲ 20-30 ਲੱਖ ਰੁਪਏ ਹੋਊਗਾ, ਤੁਹਾਨੂੰ ਕੋਈ ਲੇਬਰ ਲੂਬਰ ਦਾ ਮਸਲਾ ਤਾਂ ਨਾ ਬਣੂਗਾ ਜੀ? ਹਫਤੇ ਵਾਲੇ ਦਿਨ ਫਿਰ ਸ਼ੁਰੂ ਕਰ ਦਿੰਦੇ ਜੀ ਬਿਸਮਿਲਾ ਕਰਕੇ। ਜੁਮੇਰਾਤ ਤੱਕ ਤਾਂ ਮੈਂ ਹੋ ਜਾਣਾ, ਪਰ ਹਫਤੇ ਵਾਲੇ ਦਿਨ ਤਾਂ ਪੱਕਾ ਤੁਹਾਡਾ ਹੋ ਜਾਏਗਾ। ਤੇ ਬਸ ਮੁੱਕ ਗਈ ਜੀ ਗੱਲ ਤੇ ਸਵੇਰੇ। ਲੇਕਿਨ ਆ ਕੇ ਤੁਸੀਂ ਨਾ ਮੇਰੇ ਕੋਲ ਪੈਸੇ ਫੜ ਲੋ ਜੀ ਆ ਗਿਆ ਜੀ। ਮੈਂ ਫਿਰ ਏਦਾਂ ਕਿ ਮੈਂ ਕੰਮ ਤੇ ਆਉਣਾ ਕੋਈ 8 ਕੁ ਵਜੇ ਨਾ। ਅੱਛਾ ਜੀ। ਮੈਂ ਕੋਈ 7:30 ਵਜੇ ਨਾ ਤੁਹਾਨੂੰ ਆ ਕੇ ਫੋਨ ਕਰ ਲਾਂਗਾ। ਤੇ ਬਸ ਠੀਕ ਹੈ, ਮੈਂ 5 ਵਜੇ ਜਾਗ ਜਾਂਦਾ ਉਹਨਾਂ ਜੀ। ਠੀਕ ਆ। ਤੇ ਐਵੇਂ ਮੇਰੇ ਕੋਲ ਪਏ ਆ ਪੈਸੇ, ਤੇ ਉਹ ਤੁਸੀਂ ਫੜ ਲਓ 30 ਲੱਖ ਰੁਪਿਆ। ਬਸ ਇਹ ਆ ਕਿ ਆਪਾਂ ਮਕਾਨ ਅਸਲ ਚ ਪਹਿਲੇ ਸ਼ੁਰੂ ਕਰਾਇਆ ਸੀਗਾ। ਤੁਹਾਨੂੰ ਦੱਸਿਆ ਨਾ ਜੀ ਕਿ ਬੁਨਿਆਦਾਂ ਤੱਕ ਕੰਮ ਆਇਆ। ਬੁਨਿਆਦਾਂ ਤਾਂ ਦੱਸਿਆ ਤੁਸੀਂ, ਬਾਅਦ ਚ ਕਿਹਾ ਵੀ ਕੋਈ ਰੋਲਾ ਚੋਲਾ ਘਰ ਬਣ ਗਿਆ। ਉਹ ਇਹ ਆ ਜੀ ਕੇ ਆਪਣੇ ਨਾਲ ਹੈਗਾ ਚਾਚਿਆਂ ਦਾ ਘਰ। ਆਪਣੇ ਘਰ ਦੇ ਨਾਲ? ਹਾਂਜੀ। ਅੱਛਾ। ਤੇ ਉਹ ਵੱਡਿਆਂ ਨੇ, ਦਾਦੇ ਸਾਡੇ ਨੇ ਵੰਡਿਆ ਸੀਗਾ ਇਹ ਸਾਰਾ ਜਿਹੜਾ ਹਾਤਾ। ਅੱਛਾ। ਉਹਨਾਂ ਦਾ ਉਹਨਾਂ ਨੂੰ ਦੇਤਾ ਸੀ, ਸਾਡਾ ਸਾਨੂੰ ਦੇਤਾ ਸੀ, ਅਸੀਂ ਅੱਧਾ ਬਣਾਇਆ ਸੀ, ਹੁਣ ਅੱਧਾ ਲੱਗੇ ਬਣਾਉਣ। ਸਹੀ ਆ। ਅਸੀਂ ਬੁਨਿਆਦਾਂ ਕਢਾਈਆਂ ਜਨਾਬ। ਅੱਛਾ। ਤੇ ਮਿਸਤਰੀ ਲੱਗੇ ਤੁਹਾਡੇ ਵਰਗੇ ਸ਼ਰੀਫ ਆਦਮੀ ਵਿਚਾਰੇ। ਅੱਛਾ ਜੀ। ਉਹ ਲੱਗੇ ਕੰਮ ਤੇ। ਅੱਛਾ। ਬੁਨਿਆਦਾਂ ਕੋਈ 3-3 ਫੁੱਟ ਤਾਂ ਆਈਆਂ ਹੋਣੀਆਂ ਜ਼ਮੀਨ ਤੋਂ। ਅੱਛਾ। ਤੇ ਕੋਈ 15 ਮਿਸਤਰੀ ਸੀਗੇ। ਅੱਛਾ। ਕੋਈ 18-20 ਮਜ਼ਦੂਰ ਸੀਗੇ। ਇਧਰੋਂ ਇੱਕ ਜੱਥਾ ਚੜਿਆ ਚਾਚੇ ਦੇ ਮੁੰਡਿਆਂ ਦੇ ਯਾਰਾਂ ਦਾ। ਤੁਹਾਡੇ ਚਾਚੇ ਦੇ? ਮੇਰੇ ਚਾਚੇ ਦੇ ਮੁੰਡਿਆਂ ਦਾ। ਉਹ ਕਿਹੜੀ ਗੱਲ? ਬਸ ਕਹਿੰਦੇ ਜੀ ਇਹ ਪਲਾਟ ਸਾਡਾ ਹਿੱਸਾ ਬਣਦਾ ਜੀ ਇਹ ਚ। ਅੱਛਾ। ਰੌਲਾ ਪਾ ਲਿਆ? ਰੌਲਾ ਪਾ ਲਿਆ। ਦੱਸੋ ਚਾਚਾ ਬਿਸ਼ਾਰਾ, ਦਾਦਾ ਜੀ ਸਾਡਾ ਵੰਡ ਗਿਆ। ਬਿਲਕੁਲ ਬਿਲਕੁਲ। ਤੇ ਇਹ ਚ ਰੌਲਾ ਹੈ? ਇਹ ਤਾਂ ਕਾਨੂੰਨੀ ਤੌਰ ਤੇ ਤੁਹਾਡਾ ਹੱਕ ਆ ਪੁੱਤ। ਹਾਂ ਲਓ ਜੀ, ਇਧਰੋਂ ਜੱਥਾ ਚੜਿਆ ਕੋਈ 40-50 ਬੰਦਿਆਂ ਦਾ। ਮਿਸਤਰੀ ਆਪਣੇ ਧਿਆਨੇ ਮਸਾਲੇ ਬਣਨ ਡਏ ਨੇ। ਸਾਲਾਂ ਬੱਜੀਆਂ ਹੀ ਆ, ਇੱਟਾਂ ਰੱਖਣ ਡਏ ਆ। ਤੇ ਜਨਾਬ ਪਤਾ ਹੀ ਉਦੋਂ ਲੱਗਿਆ ਜਦੋਂ ਮਿਸਤਰੀਆਂ ਦੇ ਸਿਰ ਖੁੱਲਣੇ ਸ਼ੁਰੂ ਹੋ ਗਏ। ਬਸ ਕਹਿੰਦੇ ਅਸੀਂ ਨਹੀਂ ਕੰਮ ਕਰਨ ਦੇਣਾ। ਹੁਣ ਜਿਹੜਾ ਠੇਕੇਦਾਰ ਆ ਉਹ ਪਲਾਟ ਦੇ ਸਾਹਮਣੇ ਹੈਗੀ ਵੱਡੀ ਸਾਰੀ ਨਿੰਮ। ਅੱਛਾ। ਉਹ ਮੰਜਾ ਡਾ ਕੇ ਉੱਥੇ ਬੈਠਾ ਆਇਆ ਸੀ। ਅੱਛਾ। ਤਿੰਨਾਂ ਚੌਹ ਨੇ ਫੜਿਆ ਉਹਨੂੰ, ਠੇਕੇਦਾਰ ਨੂੰ। ਤੇ ਇਸ ਕਿਸਮ ਦਾ ਖੋਲਿਆ ਉਹਨੂੰ ਤੇ ਮਾਰ ਮਾਰ ਕੇ ਨਾ ਜੀ ਮਿਸਤਰੀਆਂ ਨੂੰ ਲੱਤਾਂ ਤੋੜਤੀਆਂ, ਬਾਹਾਂ ਲਾਤੀਆਂ ਤੇ ਬੁਰੇ ਹਾਲ ਤੇ ਬੌਂਕੇ ਦਿਹਾੜੇ। ਜਿਹੜਾ ਠੇਕੇਦਾਰ ਹੈ ਉਹ ਅੱਜ ਹੋ ਗਿਆ ਕੋਈ 1.5 ਮਹੀਨਾ ਹੋ ਗਿਆ। ਅੱਛਾ। ਹੋਸ਼ ਹੀ ਨਹੀਂ ਕਰਨ ਡਿਆ। ਇੰਨਾ ਕੁੱਟਿਆ ਸਿਰ ਚ ਮਾਰੀਆਂ ਨਾ ਜੀ ਸੱਪਲਾਂ ਉਹਦੇ। ਬੇੜਾ ਤਰਜ ਆਇਆ ਉਹਨਾਂ ਦਾ, ਓਏ ਕਣਕ ਜਾਣ ਕਿਤੇ ਉਹ ਵਿਚਾਰੇ ਮਜ਼ਬੇ ਤੇ ਉਹਦਾ ਵਿਚਾਰੇ ਦਾ ਗਰੀਬ ਦਾ ਕੀ। ਉੱਤੋਂ ਕਹਿਣ ਡਿਆ ਆ ਤੂੰ ਇਹ ਪਲਾਟ ਹੁਣ ਸ਼ੁਰੂ ਕਰਾ ਕੇ ਦਿਖਾ, ਅਸੀਂ ਦੇਖਾਂਗੇ ਕਿਹੜਾ ਠੇਕੇਦਾਰ ਆਉਂਦਾ। ਮੈਂ ਕਿਹਾ ਹੁਣ ਜਿਹੜਾ ਵੀ ਆਏਗਾ ਨਾ
ਉਹ ਕੋਈ ਸਾਹ ਨੀ ਆਏਗਾ ਹੁਣ ਸਹੀ ਨਹੀਂ ਬਹੁਤਾ ਉਹ ਬੜਾ ਗੱਲ ਹੈ ਉਹਦਾ ਕੀ ਪੜਿਆ ਉਹ ਤੋਂ ਬਚ ਗਿਆ ਬਚਿਆ ਕਹਦਾ ਜੀ ਉਹ ਵਿਚਾਰਾ ਨਾ ਜੀਂਦਿਆਂ ਚ ਨਾ ਮਰਿਆ ਚ ਕੀ ਹੋਇਆ ਪਰ ਉਹ ਹੋਸ਼ ਹੀ ਨੀ ਕਰਨ ਡਿਆ ਕਿੰਨੀ ਦੇਰ ਹੋ ਗਈ ਡੇਢ ਮਹੀਨਾ ਹੋ ਗਿਆ ਜੀ ਉੱਥੇ ਮਰਜੀ ਤਾਂ ਜੀ ਨਹੀਂ ਉਹਦਾ ਤੁਸੀਂ ਤੁਸੀਂ ਆਖਰ ਮਾਲਕ ਹੋ ਯਾਰ ਘਰ ਦੇ ਤਾਂ ਤੁਹਾਡਾ ਹੱਕ ਮੈਂ ਉਹਨਾਂ ਨੂੰ 20,000 ਰੁਪਏ ਮਹੀਨਾ ਭੇਜਣ ਡਿਆ ਜੀ ਯਾਨੀ ਉਹ ਵਿਚਾਰਾ ਕੰਮ ਕਾਰ ਤੋਂ ਹੀ ਗਿਆ ਕੰਮ ਕਾਰ ਤੋਂ ਉਹ ਅੱਖ ਹੀ ਨੀ ਖੋਲਣ ਡਿਆ ਜੀ ਸਿਰ ਚ ਵੱਜੀ ਸੱਬਲ ਉਹਦੇ ਤੇ ਚਾਚਾ ਬਿਸ਼ਾਰਤ ਨਹੀਂ ਤੁਸੀਂ ਹੁਣ ਉਹਦਾ ਰੋਲਾ ਮੁੱਕ ਗਿਆ ਜਗ੍ਹਾ ਦਾ ਉਹ ਰੋਲੇ ਨੂੰ ਛੱਡੋ ਜੀ ਤੁਸੀਂ ਹਫ਼ਤੇ ਵਾਲੇ ਦਿਨ ਕੰਮ ਸ਼ੁਰੂ ਕਰੋ ਏਦਾਂ ਕਿੱਦਾਂ ਕੰਮ ਯਾਰ ਸ਼ੁਰੂ ਕਰ ਚਾਚਾ ਬਿਸ਼ਾਰਤ ਇਹ ਦੇਖ ਲਾ ਜਿਹੜਾ ਤੇਰੇ ਵੱਲ ਨੂੰ ਮੂੰਹ ਕਰੇ ਨਾ ਕਾਕਾ ਕਿਤੇ ਗੱਲ ਸੁਣ ਭਾਈ ਰੋਲੇ ਵਾਲੀ ਜਗ੍ਹਾ ਤੇ ਅਸੀਂ ਕਿੱਦਾਂ ਕੰਮ ਸ਼ੁਰੂ ਕਰ ਦਈਏ ਤੇਰਾ ਕੰਮ ਆ ਚਾਚਾ ਤੂੰ ਸੱਬਲ ਇੱਕ ਰੱਖਣੀ ਕੋਲ ਇੱਕ ਰੱਖਣੀ ਕਈ ਮੈਂ ਤੈਨੂੰ ਕਈ ਤੇਜ਼ ਕਰਕੇ ਦੇ ਦੇਣੀ ਫੌਜੀ ਬਾਜ ਕਰ ਬੇਟਾ ਪੁੱਛੇ ਸੁੱਤੇ ਸਾਰੇ ਬਾਹਰ ਤੱਕ ਤੇਰੀ ਆਵਾਜ਼ ਆਉਂਦਾ ਹੀ ਟੈਲੀਫੋਨ ਤੋਂ ਤੇ ਅੱਗ ਤੋਂ ਚੰਗੀ ਕਿਆਮਤ ਵਾਲੀਆਂ ਗੱਲਾਂ ਕਰਦਾ ਪਿਆ ਭਾਈ ਤੁਹਾਡਾ ਮੈਨੂੰ ਸਿਰਫ ਇਹ ਦੱਸ ਪੁੱਤਰ ਹੈ ਭਾਈ ਤੁਹਾਡੇ ਜਗ੍ਹਾ ਦਾ ਰੌਲਾ ਮੁੱਕਿਆ ਕਿ ਨਹੀਂ ਮੁੱਕਿਆ ਮੈਨੂੰ ਪਤਾ ਲੱਗਿਆ ਮੈਂ ਕੰਮ ਸ਼ੁਰੂ ਕਰਨਾ ਪੈਣਾ ਇਹ ਚਾਚਾ ਬਿਸ਼ਾਰਤ ਰੌਲਾ ਨੀ ਸਾਰੀ ਜ਼ਿੰਦਗੀ ਮੁੱਕਣਾ ਉਹ ਕਹਿੰਦੇ ਨੇ ਜਿਹੜੇ ਹੁਣ ਮਿਸਤਰੀ ਲਾਉਣੇ ਅਸੀਂ ਉਹਨਾਂ ਨੂੰ ਜਾਨੋ ਮਾਰਨਾ ਤੇ ਮੈਂ ਚਾਚਾ ਬਿਸ਼ਾਰਤ ਨੂੰ ਲਾਉਣਾ ਉੱਥੇ ਹੁਣ ਜਿਲੇ ਚਾਚਾ ਬਿਸ਼ਾਰਤ ਨੇ ਉੱਥੇ ਡਾ ਕੇ ਮੰਜਾ ਪੈਣਾ ਨਾ ਵੱਡਾ ਤੇ ਮੈਂ ਦੇਖੂਗਾ ਕਿਹੜਾ ਉਧਰ ਨੂੰ ਮੂੰਹ ਕਰਦਾ ਸਾਨ ਉੱਤੋਂ ਛੱਤਾਂ ਤੋਂ ਗੋਲੀਆਂ ਮਾਰਦੇ ਤਰ ਜਾਵੇ ਉਹ ਮੇਰੀ ਗੱਲ ਸੁਣ ਲਾ ਪੁੱਤਰਾ ਤੂੰ ਮੇਰਾ ਪੁੱਤਰਾ ਹੈਗਾ ਮੇਰੀ ਗੱਲ ਸੁਣ ਲਾ ਮੈਂ ਬਸ ਇਹਦਾ ਮੇਰਾ ਬਲੱਡ ਹਾਈ ਹੋ ਜਾਂਦਾ ਮੈਂ ਤਾਂ ਰੌਲਾ ਇਹੋ ਜਿਹੀਆਂ ਗੱਲਾਂ ਚ ਪੁੱਤ ਕੰਮ ਹੀ ਨੀ ਸ਼ੁਰੂ ਕਰਦਾ ਦੂਜੀ ਗੱਲ ਪੁੱਤ ਉਹਨੂੰ ਕੋਈ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਕਾਗਜ਼ ਬਣਾਓ ਉਹਦਾ ਉਹਨਾਂ ਨੂੰ ਅੱਗੇ ਰੱਖੋ ਮੈਂ ਨੀ ਉਹਦਾ ਕੰਮ ਕੁੰਮ ਕਰਨਾ ਇਹ ਕਿਹੜੀ ਦੱਸ ਬਈ ਉਹਦਾ ਕੀ ਹਾਲ ਕੀਤਾ ਵਿਚਾਰੇ ਦਾ ਤੂੰ ਨਾ ਬੰਦੇ ਸਾਰੇ ਤੇਰੇ ਕੰਮ ਤੇ ਲੱਗੇ ਹੋਣ ਲੇਕਿਨ ਤੇਰਾ ਧਿਆਨ ਨਾ ਉਹਨਾਂ ਦੇ ਕੋਠੇ ਵੱਲ ਹੋਣਾ ਚਾਹੀਦਾ ਉਹ ਕਿਉਂ ਇਹ ਨਾ ਉੱਤੋਂ ਲੁਕ ਲੁਕ ਕੇ ਗੋਲੀਆਂ ਮਾਰਦੇ ਜਦੋਂ ਤੈਨੂੰ ਲੱਗੇ ਨਾ ਉੱਤੋਂ ਕੋਈ ਨਾਲੀ ਨੂਲੀ ਬੰਦੂਕ ਦੀ ਬਾਹਰ ਆਈ ਹੈ ਤੂੰ ਰੌਲੀ ਪਾ ਦੇਣੀ ਹੈ ਏਡੀ ਦੂਰੋਂ ਲੁੱਟ ਲੈਂਦੇ ਆ ਯਾਰ ਇਹ ਕਿਹੜੀ ਗੱਲ ਆ ਨਹੀਂ ਨਹੀਂ ਗੋਲੀਆਂ ਮਾਰਦੇ ਆ ਮੇਰੀ ਗੱਲ ਮੇਰਾ ਬੋਟਾ ਸੁਣ ਮੈਂ ਮੇਰੀ ਉਮਰ ਵੀ ਵੈਸੇ ਵੀ 60-70 ਸਾਲ ਦੇ ਲਾਗੇ ਹੋ ਚੱਲੀ ਆ ਗੱਲ ਆ ਕਿ ਭਾਈ ਅਸੀਂ ਤਾਂ ਹੈਗੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਬੰਦੇ ਬਸ ਸਾਗੋ ਤਾਂ ਲੜਾਈ ਆ ਨਾ ਕੀ ਲੜਾ ਬਸ ਏਡਾ ਇਹਨੇ ਪਤਾ ਨੀ ਇਹ ਗਿੱਜਿਆ ਪਿਛਲੇ ਮਿਸਤਰੀਆਂ ਦਾ ਅਸਲ ਚ ਇਹ ਜਿਹੜੇ ਮੇਰੇ ਚਾਚੇ ਦੇ ਮੁੰਡੇ ਆ ਨਾ ਇਹ ਜਿਹੜੇ ਬਾਡੀ ਬਿਲਡਰ ਬਣੇ ਹੋਏ ਆ ਜਿਮ ਜਾਂਦੇ ਆ ਬੰਦੂਕਾਂ ਰੱਖੀਆਂ ਸੱਬਲਾਂ ਕਈਆਂ ਤੇ ਛੁਰੇ ਵੱਡੇ ਵੱਡੇ ਤਲਵਾਰਾਂ ਤੇ ਕੱਲ ਗਲੀ ਚੋਂ ਲੰਘਣ ਡਿਆ ਤੇ ਛੁਰੇ ਫੜੇ ਹੋਏ ਸੱਬਲਾਂ ਕਸਾਈ ਹੁੰਦਾ ਪੁੱਤ ਤੁਸੀਂ ਕਸਾਈ ਆ ਤੁਸੀਂ ਨਹੀਂ ਜੀ ਅਸੀਂ ਰਾਣੇ ਆ ਤੇ ਪਤਾ ਕੀ ਕਹਿੰਦੇ ਮੇਰੇ ਵੱਲ ਨੂੰ ਮੂੰਹ ਕਰਕੇ ਕਹਿੰਦੇ ਰਾਣਾ ਜਾਦ ਮੈਂ ਕਿਹਾ ਹਾਂ ਬੋਲ ਓਏ ਕਹਿੰਦੇ ਵੀ ਹੁਣ ਮਿਸਤਰੀ ਲਾ ਕੇ ਬਖਾ ਮਿਸਤਰੀ ਪਾੜ ਦਿਆਂਗੇ ਓਏ ਯਾ ਅੱਲਾ ਮਾਫ ਕਰ ਓ ਮੇਰੀ ਗੱਲ ਸੁਣੋ ਪੁੱਤਰਾ ਤੂੰ ਰਾਤੀ 9 ਵਜੇ ਮੈਂ ਸੌਣ ਲੱਗਾ ਤੇ ਤੂੰ ਇਹੋ ਜਿਹਾ ਪੁੱਤ ਮੈਂ ਨਾ ਕੰਮ ਕਦੇ ਕੀਤਾ ਨਾ ਮੈਂ ਕਰਨਾ ਹੁਣ ਇਹਨਾਂ ਨੂੰ ਲੱਗੇਗਾ ਪਤਾ ਇਹ ਉਹ ਵਿਚਾਰਾ ਮਾੜਾ ਸੀਗਾ ਜਿਹੜਾ ਮਾਰ ਖਾ ਗਿਆ ਪੁੱਤ ਮੈਂ ਉਹਦੇ ਤੋਂ ਵੀ ਮਾੜਾ ਮੈਂ ਨੀ ਤੇਰਾ ਕੰਮ ਕਰਨਾ ਹੈਗਾ ਇਹ ਕਿਹੜੀ ਗੱਲ ਹੈ ਭਾਈ ਲੈ ਲੈ 10 ਉੱਤੋਂ ਗੋਲੀਆਂ ਮਾਰਦੇ ਆ ਅਸੀਂ ਹੁਣ ਕੀ ਹੈਲਮੇਟ ਪਾ ਕੇ ਤੇਰਾ ਘਰ ਬਣਾਉਣਾ ਮੈਨੂੰ ਦੱਸ ਬਸ ਦੇਖੋ ਸਹੀ ਨਾਲੀਆਂ ਫੜੀਆਂ ਤਲਵਾਰਾਂ ਲੈ ਕੇ ਆ ਜਾਂਦੇ ਆ ਇਹ ਮੈਨੂੰ ਇਹ ਸਲਾਹ ਦੇਣਾ ਯੂਪੀ ਦੇ ਦੌਰ ਚ ਮੈਂ ਕੋਈ ਕੋਠੀ ਬਣਾਉਣ ਲੱਗਾ ਭਾਈ ਤਲਵਾਰਾਂ ਲੈ ਕੇ ਆ ਜਾਂਦੇ ਉੱਥੇ ਕਮਾਲ ਹੋਈ ਆ ਯਾਰ ਕਹਤਾ ਬਿਸ਼ਾਰਤ ਭਲਾ ਸਮਾਨ ਕੀ ਚਾਹੀਦਾ ਕਿੱਥੇ ਪਲਾਟ ਤੇ ਮੈਨੂੰ ਸਮਾਨ ਪਹਿਲੇ ਲਿਖਾ ਦੇ ਨਾ ਮੈਂ ਕਹਿ ਦਿਆਂ ਸਮਾਨ ਮੈਨੂੰ ਕੀ ਚਾਹੀਦਾ ਹਾਂਜੀ ਮੈਨੂੰ ਪੁੱਤ ਮੈਨੂੰ ਪੂਰੀ ਆਰਮੀ ਬੁਲਾ ਕੇ ਤਾਂ ਮੈਂ ਫੇਰ ਖਲੋ ਕੇ ਕੰਮ ਕਰ ਸਕਦਾ ਮੈਨੂੰ ਆਰਮੀ ਚਾਹੀਦੀ ਆ ਟੈਂਕ ਚਾਹੀਦੇ ਆ ਮੈਨੂੰ ਆਪਣੀ ਜਾਨ ਦੀ ਜ਼ਮਾਨਤ ਚਾਹੀਦੀ ਆ ਇਹ ਪੁੱਛਣਾ ਜੀ ਗੱਲ ਆ ਪੁੱਤ ਤੂੰ ਉੱਥੇ ਭਾਵੇਂ ਸੀਮਟ ਸਟਾ ਭਾਵੇਂ ਬਜਰੀਆਂ ਸਟਾ ਫਿਰ ਅੰਜ ਕਰੀ ਡਾਟਾ ਵੀ ਸਟਾ ਲਈ ਉੱਥੇ 15-20 ਉਹਦੀ ਵਜ੍ਹਾ ਜਿੰਨੇ ਮੇਰੇ ਨਾਲ ਮਜ਼ਦੂਰ ਹੋਣੇ ਨਾ ਵਿਚਾਰੇ ਤੇ ਪਤਾ ਨੀ ਕਿਸ ਨੂੰ 4 ਡਾਟਾ ਲੱਗਣੀਆਂ ਕਬਰ ਚ ਕਿਸ ਨੂੰ 5 ਲੱਗਣੀਆਂ ਮੈਨੂੰ ਤਾਂ 3-4 ਹੀ ਲੱਗਣੀਆਂ ਮੈਂ ਤਾਂ ਵੈਸੇ ਮੜਕੂ ਜਿਹਾ ਹੈਗਾ ਬਸ ਚਾਚਾ ਬਿਸ਼ਾਰਤ ਜਿਹੜਾ ਤੇਰੇ ਨਾਲ ਘੂਰੀ ਵੀ ਪਾਵੇ ਤੂੰ ਢਾ ਲੈਣਾ ਮੈਂ ਨੀ ਵੈਸੇ ਬੇਟਾ ਮੈਂ ਘੂਰੀ ਮੇਰੇ ਨਾਲ ਮੈਂ ਇੱਕ ਅੱਖ ਤੋਂ ਤਾਂ ਮੈਨੂੰ ਵੈਸੇ ਦਿੰਦਾ ਘੱਟ ਆ
ਸਾਰੀ ਜ਼ਿੰਦਗੀ ਮੇਰੀ ਜਨਾਨੀ ਨਾਲ ਲੜਾਈ ਰਹੀ ਵੀ ਤੂੰ ਆਪਣਾ 50 ਸਾਲ ਹੋ ਗਏ ਵਿਆਹ ਮੈਨੂੰ ਕਦੀ ਅੱਖ ਨੀ ਮਾਰੀ ਮੈਂ ਘੂਰੀ ਕਿੱਥੋਂ ਪਾਉਣੀ ਆ ਮੈਂ ਕਹੋ ਸੁਣੀ ਜੇ ਤੁਹਾਡਾ ਪਤਾ ਨੀ ਕਿਵੇਂ ਪੈਦਾ ਘੂਰੀ ਪਾਉਣੀ ਆ ਮੈਂ ਇਹ ਗਿੱਜੇ ਹੋਏ ਆ ਪਹਿਲੇ ਮਿਸਤਰੀ ਦੇ ਜਿਹੜਾ ਪਿਆ ਚੁੱਪ ਕਰਕੇ ਡਾਂਗਾ ਬੜਾ ਖਾ ਕੇ ਵਿਚਾਰੇ ਦੀ ਮਾੜੀ ਬਸ ਹੱਥ ਤੁਹਾਡੇ ਆ ਗਿਆ ਬਸ 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 ਇੱਥੇ ਗੱਲ ਕਰ ਖਤਮ ਕਰ ਬਸ ਦੇਖੀਓ ਬਣਦਾ ਕੀ ਬਣਦਾ ਅੱਛਾ ਜਾਂਦੇ ਹੀ ਨਾ ਚਾਚਾ ਬਸ਼ਰਤ ਜਿੱਦਣ ਹਫ਼ਤਿਆਂ ਦਾ ਕੰਮ ਸ਼ੁਰੂ ਹੋਣਾ ਗਲੀ ਚ ਖੜੇ ਹੋ ਕੇ ਕਿਹੜਾ ਬਸ਼ਰਤ ਆ ਗਿਆ ਕਿਹੜਾ ਮੇਰੀ ਗੱਲ ਸੁਣ ਲਓ ਭਾਈ ਬੇਟਾ ਪਿੱਟੇ ਮੂੰਹ ਤੂੰ ਮੇਰੀ ਤਾਂ ਗੱਲ ਹੀ ਨੀ ਸੁਣਦਾ ਭਾਈ ਮੈਂ ਮਾੜਾ ਬੰਦਾ ਤੂੰ ਪਹਿਲੇ ਜਾ ਕੇ ਉੱਥੇ ਐਲਾਨ ਕਰਦੇ ਵੀ ਆ ਰਿਹਾ ਬਸ਼ਾਰਤ ਮਿਸਤਰੀ ਤੁਹਾਡੇ ਕੋਲੋਂ ਕਤਲ ਹੋਣ ਇਹ ਸਵੇਰ ਤਾਂ ਇੱਕ ਵਾਰੀ ਚੱਲ ਲੈਣ ਦੇ ਮੈਂ ਵੀ ਸਵੇਰੇ ਉੱਥੇ ਖੜੇ ਹੋ ਕੇ ਬਾਜ਼ਾਰ ਚ ਕਹਿਣਾ ਔਰ ਕੱਢਾ ਹੋਇਆ ਆਪਣੀਆਂ ਸਪਲਾ ਹਫ਼ਤਿਆਂ ਦਿਨ ਬਸ਼ਾਰਤ ਮਿਸਤਰੀ ਆ ਰਿਹਾ ਹੈ ਉਹ ਮੇਰਾ ਨਾਂ ਕੇ ਲੜਾ ਤੂੰ ਯਾਰ ਉੱਥਾ ਲੈ ਜਦੋਂ ਫੱਟਾ ਤੂੰ ਹੋਵੇ ਤੇ ਮੈਂ ਤੇਰਾ ਹਾਂ ਬਤਾ ਕੇ ਦੋ ਸਮੇਂ ਵਈ ਨਾ ਲੜਾ ਯਾਰ ਮੈਂ ਪੂਰਾ ਐਡਰੈਸ ਦੱਸੂਗਾ ਕਿ ਜਿਹਦੇ ਚ ਕੋਈ ਹੈਗੀ ਨਾ ਅਗਰ ਕਣੀ ਭੋਰਾ ਫਲਾਨੀ ਜਗ੍ਹਾ ਰਹਿੰਦਾ ਬਸ਼ਾਰਤ ਮਿਸਤਰੀ ਹਫ਼ਤੇ ਦਿਨ ਉਹਨੇ ਆਉਣਾ ਇੱਥੇ ਕੰਮ ਕਰਨ ਜੇ ਕਿਸੇ ਦਿਲ ਕਰਦਾ ਨਾ ਪਹਿਲੇ ਜਾ ਕੇ ਨਿਬੜਨ ਨੂੰ ਤੇ ਨਿਬੜ ਸਕਦਾ ਉਹ ਭਾਈ ਮੇਰੀ ਗੱਲ ਸੁਣ ਲਾ ਮੇਰੇ ਲੱਗ ਆਈ ਆ ਸੋਚ ਬਿਜਲੀ ਦਾ ਮੈਂ ਹੁਣ ਉਂਗਲਾਂ ਦੇ ਕੇ ਮਰ ਜਾਣਾ ਵਿੱਚ ਮੈਂ ਤੈਨੂੰ ਦੱਸਾਂ ਦੌੜ ਫਿਰਦਾ ਮੋ ਭਾਈ ਮੇਰਾ ਇੱਥੇ ਬਰਾਬਰ ਲਿਖਣ ਦੇ ਕਹਿੰਦੇ ਆ ਰਿਹਾ ਤੇ ਤੂੰ ਉਹਦਾ ਆਪਣੇ ਸਾਰਿਆਂ ਨੂੰ ਮੇਰੇ ਨਾਲ ਘਲੀ ਜਾ ਦਬਾਅ ਬਣਾ ਮੈਨੂੰ ਕੋਈ ਪਾਈ ਜਾਂਦਾ ਸੱਬਲਾ ਮਾਰਨ ਵਾਲੇ ਏਡੇ ਰਹਿੰਦੇ ਨੇ ਸੱਬਲਾ ਦਿਖਾਵਾ ਤੁਹਾਡਾ ਰਾਣਾ ਤੁਸੀਂ ਦੇ ਬੋਲ ਜਾ ਕੇ ਮੈਂ ਕੋਈ ਸਰੀ ਆ ਦੇਖੀ ਹੁਣ ਪਤਾ ਲੱਗੇਗਾ ਹੁਣ ਇਹਨਾਂ ਨੇ ਆਉਣਾ ਬਸ਼ਾਰਤ ਦੇ ਹੱਥ ਕਹਿੰਦਾ ਬਜਾਓ ਮੇਰੇ ਹੱਥ ਮੇਰੇ ਹੱਥ ਮੇਰੇ ਹੱਥ ਅਜ ਤੱਕ ਜਾਂ ਕੋਈ ਕਾਂਡੀ ਆਈ ਆ ਜਾਂ ਕੋਈ ਤੇਸੀ ਆਈ ਆ ਰੱਬ ਦੀ ਕਸਮ ਹੈ ਤਕਾਤ ਮੇਰੇ ਹੱਥ ਦੇ ਮੈਂ ਕਦੇ ਕੋਈ ਕਿਸੇ ਨਾਲ ਜਾਇ ਪਾਇਆ ਨਹੀਂ ਆਇਆ ਮੈਨੂੰ ਪਤਾ ਚਾਚਾ ਬਸ਼ਾਰਤ ਕਿੰਨੇ 6 ਮੁੰਡੇ ਆਣਾ ਤੇਰੇ ਅਲਹਮਦੁਲਿਲਾ ਤੇ ਦੇਖੀ ਉਹਨਾਂ ਨੇ ਢਾਲਣਾ ਕਮਾਲ ਹੋ ਗਈ ਹੈ ਯਾਰ ਚਾਚਾ ਬਸ਼ਾਰਤ ਉਹਨਾਂ ਦੀ ਬਦਮਾਸ਼ੀ ਕੱਢੇਗਾ ਚਬਲਾ ਮੁੜ ਜਾ ਚਾਚਾ ਬਸ਼ਾਰਤ ਨੇ ਘੱਟਾ ਬਦਮਾਸ਼ੀ ਕੱਢਣੀ ਉਹਦੇ ਕੋਲ ਸਵੇਰੇ ਸਾਈਕਲ ਡੇਢ ਚੋਂ ਖੜੇ ਕਿੱਦਾਂ ਨਿਕਲਦਾ ਏਡੇ ਤੁਸੀਂ ਰਹਿੰਦੇ ਨੀ ਨਵੀਆਂ ਪਿਸਤੌਲਾਂ ਲੈ ਕੇ ਆਏ ਹੈ ਕਹਿੰਦੇ ਅਸੀਂ ਤੁਹਾਡੇ ਜਿਹੜੇ ਨਵੇਂ ਮਿਸਤਰੀ ਆਉਣੇ ਆ ਇਹ ਪਿਸਤੌਲਾਂ ਉਹਨਾਂ ਤੇ ਰਵਾਂ ਕਰਨੀਆਂ ਚੈੱਕ ਕਰਨੀਆਂ ਅਸੀਂ ਪਿਸਤੌਲਾਂ ਵੀ ਬੇਟਾ ਨਵੀਆਂ ਹਾਂਜੀ ਤੇਰੇ ਤੈਨੂੰ ਮਾਲਕ ਹਦਾਇਤ ਦੇਵੇ ਬਸ਼ਾਰਤ ਨੂੰ ਗੋਲੀ ਵੀ ਨਵੀਂ ਪਿਸਤੌਲ ਨਾਲ ਮਰਿਆ ਮਰਵਾ ਤਾਂ ਕਿਵੇਂ ਸੀ ਨਾ ਗੋਲੀ ਕਿਤੇ ਪੁਰਾਣੀ ਜੰਗਾਂ ਲੜੀ ਨਾ ਕਿਤੇ ਬਸ਼ਾਰਤ ਬਾਚੀ ਨਾ ਜਾਵੇ ਤੈਨੂੰ ਕਿਤੇ ਚਾਚਾ ਬਸ਼ਾਰਤ ਜਿਲੇ ਚਾਚੇ ਬਸ਼ਾਰਤ ਨੇ ਗੱਜਣਾ ਹੈ ਨਾ ਮੁੜ ਜਾ ਮੈਂ ਤੈਨੂੰ ਕਹਿੰਦਾ ਜਿਲੇ ਬਾਜ਼ਾਰ ਚ ਉਹ ਚਾਚਾ ਬਸ਼ਾਰਤ ਨੇ ਕਿਉਂ ਗੱਜਣਾ ਚਾਚਾ ਬਸ਼ਾਰਤ ਬਦਲ ਆ ਗੱਜਣਾ ਐਡਾ ਤੂੰ ਚਾਚਾ ਬਸ਼ਾਰਤ ਨੇ ਲੱਗਦਾ ਪਤਾ ਇਹਨਾਂ ਨੂੰ ਚਾਚਾ ਬਸ਼ਾਰਤ ਹੈਲੋ ਪੁੱਤ ਮੇਰੇ ਕੋਲ ਮੇਰੀ ਗੱਲ ਸੁਣ ਲਾ ਮੈਂ ਬੁੱਢਾ ਬੰਦਾ ਨਾ ਮੈਂ ਸਾਰੀ ਜ਼ਿੰਦਗੀ ਸਾਫਤ ਕਮਾਈ ਆ ਇਹ ਰੋਲੇ ਤੁਹਾਡੀ ਜਗ੍ਹਾ ਤੇ ਆ ਪਹਿਲੇ ਮਕਾ ਲਓ ਤਾਂ ਫਿਰ ਮੈਂ ਤੁਹਾਡਾ ਘਰ ਬਣਾ ਦਾਂਗਾ ਚਾਚਾ ਬਸ਼ਾਰਤ ਤੂੰ ਸਵੇਰੇ ਜੇ ਲਿਆਉਣਾ ਨਾ ਨਾ ਬੇਟਾ ਮੈਂ ਸਵੇਰੇ ਕੀ ਤੂੰ ਬੁੱਢਾ ਜਾਗਾ ਮੈਂ ਸ਼ਾਮ ਨੂੰ ਨਹੀਂ ਆਉਣਾ ਸਵੇਰੇ ਆਉਣਾ ਤੂੰ 3 ਲੱਖ ਰੁਪਏ ਫੜਨਾ ਨਾ ਨਾਲ ਹੀ ਉਹਨਾਂ ਦਾ ਬੂਹਾ ਖੜਕਾ ਕੇ ਕਹਿਣਾ ਉਹ ਨਿਕਲੋ ਬਾਹਰ ਚਾਚਾ ਬਸ਼ਾਰਤ ਆ ਗਿਆ ਬਸ ਦੱਸ ਬੂਹਾ ਖੜਕਾ ਕੇ ਲਲ ਕਰਕੇ ਕਹਿ ਦੇ ਇੱਕ ਵਾਰੀ ਮੈਂ ਉਹ ਮਿਸਤਰੀ ਨੀ ਹੈਗਾ ਜਿਹੜਾ ਡਾਂਗਾ ਖਾ ਕੇ ਸਬਲਾ ਖਾ ਕੇ ਘਰ ਪੈ ਗਿਆ ਜਾ ਕੇ ਮੈਂ ਤੁਹਾਨੂੰ ਪੈਣ ਆਇਆ ਉਹ ਨਿਕਲੋ ਬਾਹਰ ਪੁੱਤ ਇਹ ਦਿਲ ਕਰਦਾ ਵੀ ਉਹਨਾਂ ਦਾ ਪ੍ਰੋਗਰਾਮ ਭਾਵਾ ਪਹਿਲੇ ਮੇਰਾ ਕੋਈ ਮਜ਼ਦੂਰ ਮਾਰਨ ਦਾ ਹੋਵੇ ਤੇ ਉਹਨਾਂ ਦਾ ਇਰਾਦਾ ਕੈਂਸਲ ਕਰਕੇ ਪਹਿਲੇ ਮੈਨੂੰ ਗੋਲੀ ਮਾਰ ਦੇਣ ਗੋਲੀ ਵੱਜਣੇ ਹਾਂ ਬਸ ਚਾਚਾ ਬਸ਼ਾਰਤ ਤੈਨੂੰ ਆਪਾਂ ਉੱਥੇ ਮੰਜੀ ਨਿੰਮ ਥੱਲੇ ਡਾ ਦੇਣੀ ਹੈ ਅੱਛਾ ਏਸੀ ਉੱਥੇ ਲਾ ਦੇਣੀ ਹੈ ਐਲਸੀਡੀ ਅੱਛਾ ਐਲਸੀਡੀ ਲਾ ਦੋ ਤੇ ਚੁੱਪ ਕਰਕੇ ਸਾਰੀ ਦਿਹਾੜੀ ਖਬਰਾਂ ਦੇਖੀਓ ਬਸ ਕੰਮ ਤੂੰ ਹੀ ਕਰਨਾ ਪਵੇ ਦਿਨੇ ਕਰ ਪਵੇ ਰਾਤੀ ਕਰ ਉਹ
ਪੁੱਤ ਜੇ ਤੂੰ ਮੇਰੀ ਗੱਲ ਸੁਣ, ਜੇ ਤੂੰ ਮੇਰੇ ਕੋਲ ਕੰਮ ਕਰਾਉਣਾ ਹਾਂਜੀ, ਤੇ ਕੋਈ ਇਹੋ ਜਿਹਾ ਟਾਈਮ ਨਹੀਂ ਹੈਗਾ ਪੁੱਤ ਜਿਸ ਟਾਈਮ ਉਹ ਨਾ ਹੋਣ ਤੇਰੇ ਚਾਚੇ ਦੇ ਮੁੰਡੇ। ਰਾਤ ਨੂੰ ਕਰ ਲੋ, ਉਸ ਟਾਈਮ ਨੀ ਹੁੰਦਾ ਨਹੀਂ। ਸਾਰੀ ਲੇਬਰ ਨੇ ਕੰਮ ਤੇ ਉਸ ਟਾਈਮ ਨਹੀਂ, ਉਸ ਟਾਈਮ ਅੰਦਰਾਂ ਚ ਬੜੇ ਹੁੰਦੇ ਆ। ਅੱਛਾ, ਤੇ ਇੱਕ ਗੱਲ ਦਾ ਮੈਨੂੰ ਖਤਰਾ, ਉਹ ਕਿਹੜੀ? ਇਹਨਾਂ ਨੇ ਲਿਆਂਦੇ ਆ ਬਗਿਆੜ ਨਵੇਂ। ਅੱਛਾ, ਤੇ ਉਹ ਨਾ ਹੋਵੇ ਕਿਤੇ ਪਲਾਟ ਵੱਲ ਨੂੰ ਛੱਡ ਦੇਣ। ਪੁੱਤ ਕਿੰਨੇ ਬਗਿਆੜ ਆ ਉਹਨਾਂ ਕੋਲ ਹੁਣ, ਇੱਕ 15-20 ਕਾਰੋਬਾਰ ਉਹਦਾ ਬਗਿਆੜ ਆਂਦਾ। ਤੇ ਤੈਨੂੰ ਸ਼ਰਮ ਨੀ ਆਉਂਦੀ ਆ? ਉਹ ਇਹਦੇ 15-20 ਬਗਿਆੜ ਤੇ ਚਾਚੇ ਪਛਾਰੇ ਤੇ ਟੋਟਲ 3 ਪਾ ਗੋਸ਼ਤ ਨਹੀਂ ਹੈਗਾ, ਮਰ ਰਿਹਾ ਕਿਉਂ? ਮੇਰੀਆਂ ਪੋਟੀਆਂ ਇਹਨਾਂ ਇਸ ਉਮਰੇ ਤੂੰ ਉਹਨਾਂ ਬਗਿਆੜਾਂ ਨੂੰ ਖਵਾਉਣਾ? ਚਾਚਾ ਪਛਾਰਾ ਤੈਨੂੰ ਸਵੇਰੇ ਨਾ, ਕਿਹੜੀ ਸਵੇਰੇ ਆ? 7 ਵਜੇ ਆ ਜਾ, 30 ਲੱਖ ਰੁਪਏ ਲੈ ਜਾ। ਅੱਛਾ ਮਾਲਕਾ, 7 ਵਜੇ ਜਾਂ ਤੇ ਫਿਰ ਘਰ ਤੇ ਕਿਤੇ ਬੰਬ ਇੱਥੇ ਡਿੱਗ ਪਵੇ ਤੇ ਜਾਂ ਪਛਾਰਾ ਤਾਂ ਆਪਣੀ ਯਾਦਾਸ਼ਤ ਗਵਾ ਲਵੇ, ਉਹਨੂੰ ਪਤਾ ਨਾ ਹੋਵੇ ਮੈਂ ਮਿਸਤਰੀ ਹਾਂ। ਨਾ ਪੁੱਤ, ਮੈਂ ਇਹੋ ਜਿਹਾ ਕੰਮ ਕੋਈ ਨੀ ਕਰਨਾ। ਚਾਚਾ ਪਛਾਰਾ ਤੁਹਾਨੂੰ ਮੈਂ 7 ਵਜੇ ਤੈਨੂੰ ਉਡੀਕਣਾ ਹੈ, ਨਾਸ਼ਤਾ ਮੇਰੇ ਕੋਲ ਕਰਨਾ। ਮੈਨੂੰ ਉਡੀਕਣਾ, ਮੈਂ ਟ੍ਰੇਨ ਆ, ਮੈਨੂੰ ਉਡੀਕਣਾ ਤੂੰ। 7 ਵਜੇ ਹੈ? ਕਿਹੜੇ 7 ਵਜੇ? ਬੰਦ ਕਰ ਫੋਨ, ਮੈਂ ਤੈਨੂੰ ਦੱਸਾਂ। ਮੈਂ ਪੈਸੇ ਗਿਣ ਕੇ ਲਿਫਾਫੇ ਚ ਪਾ ਕੇ ਰੱਖਦਾ। ਪੈਸੇ ਵੀ ਪੁੱਤ ਗਿਣ ਲਾ ਤੇ ਇਹ ਮਸਾਲੇ ਵੀ ਪੂਰੇ ਕਰ ਲਾ, ਮੁਸ਼ਕਬੂਰ ਦੀਆਂ ਬੋਤਲਾਂ ਵੀ ਰੱਖ ਲਾ ਤੇ 5-7 ਕਾਰਟਨ ਦੇ ਰੂਲ ਵੀ ਰੱਖ ਲਾ ਇਕੱਠੀਆਂ, 15-20 ਲਾਸ਼ਾਂ ਤੇ ਫੜਾਉਣੀਆਂ ਤੂੰ ਮਰ ਰਿਹਾ। ਬਸ ਆ ਜਾਓ ਸਵੇਰੇ ਤੁਸੀਂ। ਹਾਂਜੀ, ਮੈਂ ਉਹਨਾਂ ਨੂੰ ਦੱਸਣ ਲੱਗਾ ਕਿ ਸਵੇਰੇ ਤਾਂ ਪਛਾਣ 7 ਵਜੇ ਆ ਰਿਹਾ, ਤਿਆਰ ਰਹੀਓ।